ਬਹੁ ਚਰਚਿਤ ਟਾਂਡਾ ਗਊ ਹੱਤਿਆकांड ਦੇ ਤਾਰ ਅੰਤਰਰਾਜੀ ਪਸ਼ੂ ਤਸਕਰਾਂ ਦੇ ਨਾਲ ਜੁੜਦੇ ਵਿਖਾਈ ਦੇ ਰਹੇ ਨੇ ਇਸ ਮਾਮਲੇ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਆ ਘਟਨਾ ਦੇ ਮੁੱਖ ਮਲਜ਼ਮਾਂ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਇਹ ਸਾਰੇ ਦੋਸ਼ੀ ਆਵਾਰਾ ਗਊਆਂ ਨੂੰ ਮਾਰ ਕੇ ਉਹਨਾਂ ਦਾ ਮੀਟ ਸਪਲਾਈ ਕਰਨ ਦਾ ਧੰਦਾ ਕਰਦੇ ਨੇ ਕੀ ਹੈ ਪੂਰਾ ਮਾਮਲਾ ਜਾਣਨ ਲਈ ਦੇਖੋ ਰਿਪੋਰਟ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਬੀਤੇ ਦਿਨ ਵਾਪਰੇ ਗਊ ਹੱਤਿਆਕਾਂ ਨੂੰ ਲੈ ਕੇ ਵੱਡੇ ਖੁਲਾਸੇ ਹੋ ਰਹੇ ਆਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਮੁੱਖ ਦੋਸ਼ੀਆਂ ਨੂੰ ਕਾਬੂ ਕਰਕੇ ਇਸ ਤਰ ਯੂਪੀ ਸਮੇਤ ਦੂਸਰੇ ਸੂਬਿਆਂ ਦੇ ਨਾਲ ਹੋਣ ਦਾ ਦਾਵਾ ਕੀਤਾ ਇਸ ਸਬੰਧੀ ਪਹਿਲਾਂ ਵੀ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਦੋਸ਼ੀਆਂ ਨੇ ਪੁਲਿਸ ਕੋਲ ਪਸ਼ੂ ਤਸਕਰੀ ਦਾ ਧੰਦਾ ਕਰਨਾ ਮੰਨਿਆ ਉਹਨਾਂ ਹੀ ਵੀ ਮੰਨਿਆ ਕਿ ਟਾਂਡਾ ਵਿਖੇ ਕਤਲ ਕੀਤੀਆਂ ਗਊਆਂ ਦਾ ਮਾਸ ਯੂਪੀ ਦੇ ਵਪਾਰੀ ਕੋਲ ਵੇਚਿਆ ਸੀ ਇਸ ਕੇਸ ਦੇ ਵਿੱਚ ਹੁਣ ਤੱਕ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਸੁਣ ਲੈਣੇ ਇਦੇ ਸਵੰਦ ਵਿੱਚ ਪਹਿਲਾਂ 8 ਦੋਸ਼ੀ ਸੀਗੇ ਜਿਹੜੇ ਅਸੀਂ ਅਰੈਸਟ ਕੀਤੇ ਸੀਗੇ ਔਰ ਅੱਜ ਜਿਹੜੇ ਸੀਗੇ ਅਲਨਿੰਡਾ ਮਾਰਨਿੰਗ ਦੋ ਦੋਸ਼ੀ ਜਿਹੜੇ ਆ ਹੋਰ ਅਰੈਸਟ ਕੀਤੇ ਆ ਜਿਹੜਾ ਕਿ ਇੱਕ ਮੇਨ ਦੋਸ਼ੀ ਜਿਹੜਾ ਉਹ ਅਸੀਂ ਅਰੈਸਟ ਕੀਤਾ ਹੈਗਾ ਇਹਨਾਂ ਦਾ ਕੋਈ ਪੁਲਿਸ ਰਿਮਾਂਡ ਨਹੀਂ ਦਿੱਤਾ ਯਾਰ ਇਹ ਅਗਲੀ ਕਾਰਵਾਈ ਇਹਨਾਂ ਦਾ ਦੋ ਦਿਨ ਦਾ ਸਾਡੇ ਕੋਲ ਪੁਲਿਸ ਰਿਮਾਂਡ ਆ ਤੇ ਇਹਨਾਂ ਤੋਂ ਅਸੀਂ ਪੁੱਛਗਛ ਕਰ ਰਹੇ ਆ ਪੁੱਛਗਛ ਕਰਨ ਤੋਂ ਬਾਅਦ ਜਿਹੜੇ ਹੋਰ ਇਹਨਾਂ ਦੇ ਆਕਾ ਹੈਗੇ ਆ ਉਹਨਾਂ ਤੇ ਅਸੀਂ ਜਿਹੜੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈਗਾ ਐ ਡੀ ਐਸ ਪੀ ਰਾਜ ਕੁਮਾਰ ਜੀ ਨੇ ਟਾਂਡਾ ਤੋਂ ਤੇ ਡੀ ਐਸ ਪੀ ਅਸ਼wini ਯਤਰੀ ਜੀ ਨੇ ਇਹ ਜੀ ਆਰ ਪੀ ਤੋਂ ਨੇ ਇਨਚਾਰਜ ਸੀਏਏ ਇਧਰੋਂ ਐਸ ਐਚਓ ਜੀ ਆਰ ਪੀ ਇਹ ਲੱਗੇ ਹੋਏ ਨੇ ਵਿਸ਼ੇਸ਼ ਟੀਮਾਂ ਦਾ ਇਹਦੇ ਲਈ ਗਠਨ ਕੀਤਾ ਗਿਆ ਉਹ ਤਾਂ ਜਿਹੜੀ ਛਾਪੇ ਮਾਰੀ ਹੈ ਉਹ ਵਕਫ ਵਕ ਜਗ੍ਹਾ ਤੇ ਅਸੀਂ ਕੀਤੀ ਹੈ ਇਹ ਵੀ ਅਸੀਂ ਯੂ ਪੀ ਤੋਂ ਫੜ ਕੇ ਲਏ ਆ ਕਲੀਅਰ ਸ਼ਰੀਰ ਤੋਂ ਪਹਿਲਾ ਮਕਸਦ ਕੀ ਸੀਗਾ ਜਿਹੜਾ ਕਿ ਮੋਰਟ ਪੀ ਸੀਗਾ ਜਿਹੜਾ ਇਹ ਕੰਮ ਕਰਦੇ ਸੀਗੇ ਮੇਨ ਤੋਂ ਹੁਣ ਤੱਕ ਜਿਹੜੀ ਤਫ਼ਤੀਸ਼ ਹੈ ਉਹਦੇ ਵਿੱਚ ਇਹ ਹੈ ਕਿ ਉਹ ਜਿਹੜੀਆਂ ਆਵਾਰਾ ਗਊ ਸੀਗੀਆਂ ਉਹਨਾਂ ਨੂੰ ਇੱਕ ਜਗ੍ਹਾ ਤੇ ਲਿਆ ਕੇ ਤੇ ਉਹਨਾਂ ਦੀ ਇਹੋ ਹੱਤਿਆ ਕਰਦੇ ਸੀ ਉਹਨਾਂ ਦਾ ਜਿਹੜਾ ਮਾਸ ਹੈ ਉਹ ਸਪਲਾਈ ਕਰਦੇ ਸੀ ਜ਼ਿਕਰ ਖਾਸ ਹੈ ਕਿ ਟਾਂਡਾ ਗਊ ਹੱਤਿਆ ਨੂੰ ਲੈ ਕੇ ਵੱਡੇ ਸਵਾਲ ਵੀ ਉੱਠਦੇ ਰਹੇ ਐ ਖਾਸ ਕਰਕੇ ਹਿੰਦੂ ਜਥੇਬੰਦੀਆਂ ਇਸ ਨੂੰ ਫਿਰਕੂ ਮੰਨ ਕੇ ਨਿਰਪੱਖ ਜਾਂਚ ਦੀ ਮੰਗ ਕਰ ਚੁੱਕੀਆਂ ਹੈ ਹੁਣ ਇਸ ਕਾਰਡ ਦੇ ਤਾਰ ਅੰਤਰਰਾਜੀ ਪਸ਼ੂ ਤਸਕਰਾਂ ਦੇ ਨਾਲ ਜੁੜਨ ਬਾਅਦ ਤਸਵੀਰ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਪੁਲਿਸ ਦੇ ਦਾਅਵੇ ਮੁਤਾਬਕ ਮੁੱਖ ਮਲਜ਼ਮ ਇਰਸ਼ਾਦ ਖਾਨ ਉੱਪਰ थाना ਹਨੂਮਾਨਗੜ੍ਹ ਰਾਜਸਥਾਨ ਦੇ ਵਿੱਚ ਪਸ਼ੂ ਤਸਕਰੀ ਸੰਬੰਧੀ ਪਰਚਾ ਦਰਜ ਹੈ ਅਤੇ ਫਰਿਆਦ ਖਾਨ ਤੇ ਵੀ ਪਹਿਲਾਂ ਤਿੰਨ ਪਰਚੇ ਦਰਜ ਨੇ ਪੁਲਿਸ ਮੁਤਾਬਕ ਦੋ ਮੁੱਖ ਮਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ